ਦਾ ਵਿਆਹ ਮੈਨੂੰ ਗੋਡੇ ਗੋਡੇ ਚਾ ਮੇਰੇ ਵੀਰ ਦਾ ਵਿਆਹ ਮੈਨੂੰ ਗੋਡੇ ਗੋਡੇ ਚਾ ਗਲੋਬਲ ਪੰਜਾਬ ਟੀਵੀ ਵੇਖ ਰਹੇ ਸਾਰੇ ਦਰਸ਼ਕਾਂ ਨੂੰ ਗੁਲਾਬੋ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਮੈਂ ਸਲੋਨੀ ਸਰੀਨ ਲੈ ਕੇ ਹਾਜ਼ਰ ਹੋਈ ਹਾਂ ਜੀ ਗੱਲਾਂ ਵਿਦ ਗੁਲਾਬੋ। ਅਤੇ ਤੁਹਾਨੂੰ ਮੈਂ ਦੱਸਿਆ ਵੀ ਜੀ ਮੇਰੇ ਵੀਰ ਦਾ ਵਿਆਹ ਆ, ਤਾਂ ਹੀ ਤਾਂ ਮੈਂ ਨਾ ਤਿਆਰ ਸ਼ਿਆਰ ਹੋ ਕੇ ਆਈ ਹਾਂ। ਵਿਆਹ ਦੀਆਂ ਪੂਰੀਆਂ ਤਿਆਰੀਆਂ ਚੱਲ ਰਹੀਆਂ ਨੇ ਜੀ। ਤਿਆਰੀਆਂ ਕੀ, ਖਰਚੇ ਹੀ ਖਰਚੇ ਹੋਈ ਜਾਂਦੇ ਨੇ, ਰੋਜ਼ ਦੀ ਲਿਸਟ ਆ ਜਾਂਦੀ ਹੈ ਜੀ ਖਰਚਿਆਂ ਦੀ, ਗਣਾਈ ਜਾਂਦੇ ਘਰ ਦੇ, ਕਦੀ ਕੇਟਰਿੰਗ ਦੀ ਲਿਸਟ, ਕਦੀ ਕੱਪੜਿਆਂ ਦੀ ਲਿਸਟ, ਕਦੀ ਖਾਣ ਪੀਣ ਦੀ, ਕਦੀ ਸ਼ੋਪਿੰਗ ਦੀ, ਕਦੀ ਕਾਰਡ ਦੀ। ਮੈਂ ਕਿਹਾ ਆਪਣੇ ਕਾਲਜ ਨੂੰ ਜਾ ਕੇ ਪੁੱਛ ਲਈ ਵੀ ਤੁਸੀਂ ਵੀ ਆਪਣੇ ਵਿਆਹਾਂ ਵਿੱਚ ਇੰਨਾ ਖਰਚਾ ਕਰਦੇ ਹੋ ਜਾਂ ਫਿਰ ਸਾਨੂੰ ਹੀ ਖਰਚੇ ਜ਼ਿਆਦਾ ਲੱਗ ਰਹੇ ਨੇ। ਕਾਲ ਕਰਨੀ ਹੈ ਜੀ 3-4-7-2-5-2-1-2-3-2 'ਤੇ, ਅਤੇ ਦੱਸਣਾ ਆ ਵੀ ਅੱਜ ਕੱਲ੍ਹ ਜਿਹੜੇ ਵਿਆਹਾਂ 'ਚ ਜਿਹੜੇ ਫਾਲਤੂ ਦੇ ਖਰਚੇ ਹੁੰਦੇ ਆ ਆ ਜਾਇਜ਼ ਨੇ। ਦੱਸੋ ਮੈਨੂੰ ਭਲਾ, ਮੈਂ ਇੰਨਾ ਮਹਿੰਗਾ ਸੂਟ ਸਵਾ ਲਿਆ, ਬੰਦਾ ਪੁੱਛੇ ਹੁਣ ਇਹ ਸੂਟ ਮੈਂ ਦੁਬਾਰਾ ਪਾਉਣਾ ਆ? ਜਿਹੜਾ ਸੂਟ ਮੈਂ ਆਪਣੇ ਭਰਾ ਦੇ ਵਿਆਹ 'ਚ ਪਾ ਲਿਆ ਉਹਨੂੰ ਰਿਪੀਟ ਕਿੱਦਾਂ ਕਰ ਦੂੰ? ਮੇਰੀ ਤਾਂ ਬੇਇੱਜ਼ਤੀ ਹੋ ਜੂ। ਅੱਛਾ ਕਾਰਡ, ਕਾਰਡ ਬਣਵਾਉਣ ਗਏ ਹਾਂ ਅਤੇ ਕਾਰਡ ਵਾਸਤੇ ਉਹਨੇ ਕੀ ਦਿੱਤਾ, ਪੂਰੀਆਂ ਸੀਨਰੀਆਂ ਵਿਖਾਤੀਆਂ। ਬੰਦਾ ਪੁੱਛੇ ਕਾਰਡ ਇੱਕ ਵਾਰੀ ਯੂਜ਼ ਹੋਣਾ, ਪੜਿਆ ਡੇਟ ਪੜੀ ਟਾਈਮ ਪੜਿਆ ਗੱਲ ਖਤਮ। ਉਹਨੂੰ ਹੁਣ ਕਹਿੰਦੇ ਤੂੰ ਥੋੜ੍ਹੀ ਲਟਕਾ ਲੈਣਾ ਆ, ਕਹਿੰਦੇ ਜੀ 1100 ਰੁਪਏ ਦਾ ਇਕੱਲਾ ਕਾਰਡ। ਮੈਂ ਕਿਹਾ ਬੂ, 1100 ਅਗਲਾ ਸਗਨ ਨਾ ਪਾਏ ਅਤੇ ਆਪਾਂ 1100 ਦਾ ਕਾਰਡ ਉਹਨੂੰ ਫੜਾ ਕੇ ਆ ਜਾਈਏ। ਡੱਬੇ ਲੈਣ ਗਏ ਸਗਨ ਦੇ, ਡੱਬੇ ਇੰਨੇ ਮਹਿੰਗੇ ਇੰਨੇ ਮਹਿੰਗੇ। ਮੈਂ ਕਿਹਾ ਇਹ ਤਾਂ ਬਾਹਲੇ ਖਰਚੇ ਹੋਈ ਜਾਂਦੇ ਆ। ਕੋਈ ਗੱਲ ਨਹੀਂ ਜੀ, ਤੁਸੀਂ ਮੈਨੂੰ ਦੱਸੋ ਵੀ ਆ ਜਿਹੜੇ ਫਾਲਤੂ ਖਰਚੇ ਨੇ ਕਰਨੇ ਚਾਹੀਦੇ ਨੇ ਕਿ ਨਹੀਂ ਕਰਨੇ ਚਾਹੀਦੇ? ਵੀ ਅੱਜ ਕੱਲ੍ਹ ਕੀ ਕਹਿੰਦੇ ਨੇ ਜੀ, ਵਿਆਹ ਜੀ ਇੱਕੋ ਵਾਰੀ ਹੋਣਾ ਆ, ਕੋਈ ਗੱਲ ਨਹੀਂ ਜੀ, ਜਿਹੜਾ ਵੀ ਮਰਜ਼ੀ ਖਰਚਾ ਕਰਨ ਜਾਓ। ਤੁਸੀਂ ਕੱਪੜਿਆਂ ਵਾਲੇ ਕੋਲ ਚੱਲ ਜਾਓ, ਉਹਨੇ ਪਤਾ ਕੀ ਕਹਿਣਾ ਆ, ਲੱਲੋ ਵੀਰ ਦਾ ਵਿਆਹ ਆ, ਇੱਕੋ ਵਾਰੀ ਤਾਂ ਵਿਆਹ ਹੋਣਾ ਆ। ਜੇ ਬੰਦਾ ਕੋਟ ਪੈਂਟ ਲੈਣ ਗਿਆ ਆ, ਭਾਅ ਜੀ ਵਿਆਹ ਆ ਤੁਹਾਡਾ, ਇੱਕੋ ਵਾਰੀ ਤਾਂ ਵਿਆਹ ਹੋਣਾ ਆ। ਬੰਦਾ ਪੁੱਛੇ ਇੱਕੋ ਵਾਰੀ ਵਿਆਹ ਹੋਣਾ ਤਾਂ ਕਰਜ਼ੇ ਲੈ ਲਈਏ ਆਪਾਂ? ਦੱਸੋ ਹੱਦ ਹੋ ਗਈ। ਪਹਿਲਾਂ ਬੰਦਾ ਆਪਣੇ ਪੈਰ ਪਸਾਰਦਾ ਸੀਗਾ ਜੀ ਚਾਦਰ ਦੇ ਹਿਸਾਬ ਨਾਲ, ਅੱਜ ਕੱਲ੍ਹ ਤਾਂ ਪਹਿਲਾਂ ਪੈਰ ਪਸਾਰ ਲਈਦੇ ਨੇ ਫਿਰ ਚਾਦਰ ਲੈਣ ਚੱਲ ਜੀ ਦੀ ਆ। ਆਹ ਕੰਮ ਠੀਕ ਨਹੀਂ ਹੈਗਾ, ਮੇਰੇ ਘਰ ਦੇ ਤਾਂ ਬਾਹਲੇ ਦੁਖੀ ਹੋ ਗਏ। ਹੁਣ ਮੇਕਅਪ ਵਾਲਾ ਕਰਕੇ ਆਏ ਹਾਂ ਆਪਾਂ, ਉਹਨੇ ਵੀ ਲਿਸਟ ਦੇ ਦਿੱਤੀ ਵੀ ਜੀ ਸਗਨ ਦਾ ਮੇਕਅਪ ਦਾ ਖਰਚਾ ਇੰਨਾ ਹੋਜੂ, ਵਿਆਹ ਦਾ ਮੇਕਅਪ ਦਾ ਖਰਚਾ ਇੰਨਾ ਹੋਜੂ। ਕੇਟਰਿੰਗ ਵਾਲਾ ਕਹਿੰਦਾ ਜੀ 51 ਤਰ੍ਹਾਂ ਦੇ ਸਲਾਦ ਲੱਗਣੇ ਆ। 51 ਤਰ੍ਹਾਂ ਦੇ ਸਲਾਦ ਉਹ ਕੌਣ ਖਾਊ? ਐਡਾ ਵੱਡਾ ਉਹਨੇ ਪੇੜ ਲਾ ਦੇਣਾ ਆ ਸਲਾਦਾਂ ਦਾ, ਉਹ ਕੌਣ ਖਾਊਗਾ? ਇੱਕ ਵਾਰੀ ਖਾ ਲੇਗਾ ਕੋਈ ਸਲਾਦ, 2 ਵਾਰੀ ਖਾ ਲੂਗਾ, 3 ਵਾਰੀ ਖਾ ਲੂਗਾ, ਪਹਿਲਾਂ ਰੋਟੀ ਨਹੀਂ ਖਾਣੀ, ਇਕੱਲੇ ਸਲਾਦ ਹੀ ਖਾਈ ਜਾਣਿਆ? ਮੈਂ ਕਿਹਾ ਕੱਟੋ, 51 ਤਰ੍ਹਾਂ ਦੇ ਨਹੀਂ, ਤੁਸੀਂ 1-2-3-4-11 ਤਰ੍ਹਾਂ ਦੇ ਲਾ ਲਓ। ਚਲੋ ਹਿਸਾਬ ਲਾ, ਠੀਕ ਲਾ ਲਿਆ ਆਪਾਂ ਵੀ 11 ਤਰ੍ਹਾਂ ਦੇ ਸਲਾਦ ਹੋ ਗਏ। ਹੋਰ ਦੱਸੋ ਤੁਸੀਂ, ਰੋਟੀ ਵੇਖੋ ਤੁਸੀਂ, ਸਨੈਕਸ ਕਹਿੰਦਾ 15 ਤਰ੍ਹਾਂ ਦੇ, 15 ਤਰ੍ਹਾਂ ਦੇ ਸਨੈਕਸ ਕੌਣ ਖਾਊ? ਤੁਸੀਂ ਖਾ ਲੈਂਦੇ ਹੋ? ਮੈਂ ਤਾਂ ਆਪ ਵਿਆਹ ਜਾ ਕੇ ਚਲੋ ਖਾ ਲੈਂਦੀ ਹਾਂ, ਪਰ ਜਦੋਂ ਹੁਣ ਆਪਣੇ ਘਰ ਦੀ ਵਾਰੀ ਆਈ ਹੈ ਨਾ ਅਤੇ ਖਰਚੇ ਮੈਂ ਕਹਿੰਦੀ ਕਿਸੇ ਤਰ੍ਹਾਂ ਘੱਟ ਜਾਣ, ਪਰ ਕੀ ਕਰੀਏ ਲਿਸਟਾਂ ਹੀ ਬੜੀਆਂ ਲੰਬੀਆਂ ਨੇ। ਮੇਕਅਪ ਵਾਲਾ, ਕੇਟਰਿੰਗ ਵਾਲਾ, ਸਾਰੇ ਕਾਲਰਸ ਨੂੰ ਪੁੱਛਦੇ ਆ ਜੀ। ਹੈਲੋ, ਹੈਲੋ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਗੁਲਾਬੋ ਜੀ। ਸਤਿ ਸ਼੍ਰੀ ਅਕਾਲ, ਕੌਣ ਬੋਲਦੇ? ਮੈਂ ਤੇਜਿੰਦਰ ਸਿੰਘ ਜੀ। ਤੇਜਿੰਦਰ ਸਿੰਘ ਜੀ ਕਿੱਥੋਂ ਬੋਲਦੇ ਹੋ? ਮੈਂ ਅਮਰੀਕਾ ਤੋਂ ਜੀ। ਅੱਛਾ, ਅਮਰੀਕਾ 'ਚ ਜਿਹੜੀ ਵਿਆਹ ਸ਼ਾਦੀਆਂ ਹੁੰਦੀਆਂ ਉਹਦੇ 'ਚ ਵੀ ਇੰਨੇ ਖਰਚੇ ਹੁੰਦੇ ਆ? ਬਿਲਕੁਲ ਹੁੰਦੇ ਜੀ, ਜ਼ਰੂਰ ਹੁੰਦੇ ਆ। ਮੈਂ ਤਾਂ ਪੂਰਾ ਖਰਚਾ ਕਰਦਾ ਆਪਣੇ, ਜਿਵੇਂ ਹੁਣ ਵਿਆਹ ਆ ਗਿਆ ਤਾਂ, ਜਿਵੇਂ ਭਾਂਜੀ ਦਾ ਵਿਆਹ ਸੀਗਾ ਨਾ ਪਿੱਛੇ, ਮੈਂ ਬਹੁਤ ਦੱਬ ਕੇ ਸ਼ੋਪਿੰਗ ਕੀਤੀ। ਅੱਛਾ, ਤੇ ਮੈਨੂੰ ਇੱਕ ਗੱਲ ਦੱਸੋ, ਤੁਸੀਂ ਸ਼ੋਪਿੰਗ ਕਰ ਲਈ ਕੱਪੜਿਆਂ ਦੀ? ਕਹਿੰਦੇ ਵੀ ਨਾ ਸ਼ੋਪਿੰਗ ਕੀਤੀ ਆ। ਬਿਲਕੁਲ ਬਿਲਕੁਲ ਬਿਲਕੁਲ, ਸ਼ੂਜ਼ ਵੀ ਵਧੀਆ ਵਧੀਆ ਸ਼ੂਜ਼ ਲਈਦੇ ਆ, ਪੈਂਟ ਕੋਟ ਲਈਦਾ, ਜਾਂ ਜਿਹੜੀ ਚੀਜ਼ ਅੱਛੀ ਲੱਗੀ ਉਹ ਲੈ ਲਈਦੀ ਆ। ਲੈ ਲਈਦੀ ਆ, ਉਹ ਦੁਬਾਰਾ ਪਹਿਨਦੀ ਆ? ਮੈਨੂੰ ਦੱਸੋ, ਦਿਲ ਕਰੇ ਤਾਂ ਪਾ ਲਓ, ਨਹੀਂ ਤਾਂ ਨਹੀਂ। ਨਹੀਂ ਤਾਂ ਨਹੀਂ, ਤੇ ਖਰਚੇ, ਇੰਨੇ ਖਰਚੇ ਕਿਉਂ ਕਰਦਾ ਬੰਦਾ ਵਿਆਹ 'ਚ? ਇਹ ਖੁਸ਼ੀ ਹੁੰਦੀ ਜੀ ਵਿਆਹ, ਕਿਉਂਕਿ ਜ਼ਿੰਦਗੀ ਦੇ ਵਿੱਚ ਇੱਕੋ ਵਾਰੀ ਹੁੰਦਾ ਹੈ, ਇਸ ਕਰਕੇ ਬੰਦਾ ਆਪਣੇ ਕੋਲ। ਆਹੀ ਤਾਂ ਪੰਗਾ ਆ, ਵਿਆਹ ਜ਼ਿੰਦਗੀ 'ਚ ਇੱਕੋ ਵਾਰੀ ਹੁੰਦਾ ਆ, ਵਿਆਹ ਜ਼ਿੰਦਗੀ 'ਚ ਇੱਕੋ ਵਾਰੀ ਹੁੰਦਾ ਹੈ, ਜਿਹਨੂੰ ਮਰਜ਼ੀ ਕਹਿ ਲਓ ਉਹੀ ਇਹੀ ਗੱਲ ਕਹੀ ਜਾਂਦਾ, ਇੱਕੋ ਵਾਰੀ ਹੁੰਦਾ ਆ। ਤਾਂ ਮਤਲਬ ਖਰਚੇ ਦਾ ਮਤਲਬ ਕੋਈ ਗੱਲ ਬਣੀ ਵੈਸੇ, ਇੰਨੇ ਖਰਚੇ ਕਰਨ ਦੀ ਕੀ ਲੋੜ ਆ? ਸਹੀ ਗੱਲ ਹੈ ਜੀ, ਸੋਚੋ, ਅੱਜ ਗੁਲਾਬੋ ਨੇ ਤੁਹਾਨੂੰ ਸੋਚਣ ਲਾ ਦਿੱਤਾ ਆ। ਸੋਚੋ ਸੋਚੋ, ਤੁਸੀਂ ਜਾ ਕੇ ਤੁਹਾਨੂੰ ਪਤਾ ਤੁਸੀਂ ਗਲਤ ਕਰਦੇ ਹੋ। ਅਗਲੇ ਕਾਲਰ ਨੂੰ ਪੁੱਛਦੇ ਆ। ਹੈਲੋ, ਹੈਲੋ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਕੌਣ ਬੋਲਦੇ? ਬਾਬੂ ਸਿੰਘ ਬੋਲਣਾ ਪਿਆ ਜੀ। ਓਕੇ, ਕਿੱਥੋਂ ਬੋਲਦੇ? ਨਿਊਯਾਰਕ ਤੋਂ ਜੀ। ਨਿਊਯਾਰਕ ਤੋਂ ਬੋਲਦੇ। ਅੱਛਾ, ਮੈਨੂੰ ਦੱਸੋ ਵੀ ਵਿਆਹ 'ਚ ਤੁਸੀਂ ਖਰਚੇ ਕਰਦੇ ਹੋ? ਹਾਂਜੀ। ਵਿਆਹ 'ਚ ਜਿਹੜੇ ਖਰਚੇ ਕਰਦੇ ਹੋ ਤੁਸੀਂ? ਹਾਂਜੀ। ਉਹ ਕਿੰਨੇ ਕੁ ਖਰਚੇ ਕਰਦੇ ਹੋ? ਹੱਦ ਨਾਲੋਂ ਜ਼ਿਆਦਾ? ਹੱਦ ਨੂੰ ਜ਼ਿਆਦਾ ਹੀ ਹੁੰਦੇ, ਖੁਸ਼ੀ ਨਾਲ ਜੀ। ਖੁਸ਼ੀ ਨਾਲ ਇੰਨਾ ਚਾਰ ਚੜ ਜਾਂਦਾ, ਬੰਦਾ ਸੋਚਦਾ ਹੀ ਨਹੀਂ, 800 ਵਾਲੀ ਚੀਜ਼ ਨੂੰ ਵੀ ਨਾ 1600 ਚ ਲੈ ਕੇ ਆ ਜਾਂਦਾ। ਹਾਂਜੀ, ਤੇ ਤੂੰ ਸੂਟ ਬੜਾ ਸੋਹਣਾ ਪਾਏ ਆ ਅੱਜ। ਉਹ ਮੇਰੇ ਵੀਰੇ ਦਾ ਵਿਆਹ ਆ ਨਾ, ਮੈਂ ਤੇ ਆਪ ਮਹਿੰਗਾ ਸੂਟ ਲੈ ਕੇ ਆ ਗਈ ਆ, 11000 ਦਾ ਸੂਟ ਲੈ ਕੇ ਆ ਗਈ। ਹੁਣ ਘਰਦਿਆਂ ਨੇ ਤਾਂ ਝਿੜਕਾਂ ਦੇਣੀਆਂ ਹੀ ਨੇ।
चलो फिर मुड़के भरजाई ने बनवा देना है, पर पैसे तो लगते है ना फालतू खर्चे दा। भरजाई ने तेनू चौंके नहीं बन देना। हाँ ये गल ठीक है, मेरी गल याद रखी ठीक है। मतलब कि उन्होंने मेरे को काम नहीं कोई कराना है, काम नहीं कोई कराना मेरे को उन्होंने, है ना। हाँ जी गल तो ठीक है, वैसे प्यार मोहब्बत की गल होंगी है ना, पर जेड़े व्याह तो पहला खर्चे होने वो कौन सांभू। इन्हों लगता भी खर्चा की कोई फिक्र ही नहीं हैगी। कोई गल नहीं जी, अगले कॉलर पूछ लें। हैलो सत श्रीकाल, सत श्रीकाल जी, हैलो हैलो कोई है। ये लगता व्याह दी तैयारियां करन चल गए ने जी, शॉपिंग करन चल गए ने जी। कोई गल नहीं जी, मैं शॉपिंग करके आई, मैं वेख्या उत्थे ना सूट पिया सीगा एक, मैनू पता सीगा भी वो सूट जिहड़ा 2600 तो वध दा नहीं हैगा, पर भाई ने मैनू कहा 3200। मैं भी सोचा वीरे दा व्याह आ, उही गल हो गई ना, पहली बार आ इको बार आ, तो मैं भी ले लिया 3200 दा। मुड़ के घरदिया ने आके ना मैंने चंगिया झटका दी, कहिंदे 2500 दा सूट तू 3200 च लै के आई, कित्थे दी सियाणप आ। हैलो हैलो सत श्री अकाल गुलाबो जी। सत श्री अकाल जी। हां जी तुहाडे भाई दा व्याह ते तुसी क्यों फिकर करदे आ, तुहाडे मम्मी डैडी करन। मम्मी डैडी ने तां मैनूं झटका दित्तियां आ, जदों मैं लिस्ट गड़ाती ना खर्चिया दी, उहनां ने मैनूं झटका दित्तियां, कहिंदे थोड़ा हिसाब नाल खर्चे करो। हां जी ते वैसे भी चलो खर्चे हिसाब ना ही करने चाहिए, फिर कर्जे चढ़ जाते हैं लोगों सिर। व्याह तो खैर एक बार होंगे, पर फिर भी थोड़ा हिसाब किताब रखना चाहिए, है ना। कई बार बंदा व्याह जिदा व्याह तो बाद साल साल पर कर्जे ही लाउंदा रहिंदा, ये तो है ही भी, उदों थोड़ा सोच लेना चाहिए। मैनूं दसो भी थोड़े व्याह दे किन्ने पैसे लग गए सीगे। साडे व्याह तो 20-25 साल पहला होया सी, उदों दा हुण ना कोई कंपेयर नहीं हैगा। टमाटर लाते एक लैंज लाते प्याज, है ना। हां जी अज कल सारा कुछ हो जांदा सी, खेतां च मूलियां पट लिआउंदे सीगे। ते हुण ਹੁਣ ਵੇਖ ਲਓ ਤੁਸੀਂ, ਤੁਹਾਨੂੰ ਆਪ ਪਤਾ ਆ ਵੀ ਕਿੰਨੇ ਫਾਲਤੂ ਖਰਚੇ ਕਰੀਦੇ ਨੇ ਆਪਾਂ। ਹਾਂ ਜੀ ਹਨਾ, ਆਪਾਂ ਇਹ ਨਹੀਂ ਕਹਿੰਦੇ ਵੀ ਖਰਚੇ ਨਾ ਕਰੋ, ਪਰ ਜਾਇਜ਼ ਜਿੰਨੇ ਕੁ ਜਾਇਜ਼ ਨੇ, ਹਨਾ। ਇਹ ਤਾਂ ਹੈ, ਜਾਇਜ਼ ਕਰਨੇ ਚਾਹੀਦੇ ਆ, ਥੋੜੋ ਵੀ ਫਿਰ ਕਰਜ਼ਾ ਚੜਾ ਕੇ ਮੁੜ ਕੇ ਮੀਆਂ ਬੀਵੀ ਕਰਜ਼ਾ ਲਾਹੀ ਜਾਣ ਤੇ ਲੜੀ ਜਾਣ। ਮੀਆਂ ਬੀਵੀ ਨੂੰ ਟੈਨਸ਼ਨ ਨਹੀਂ ਹੁੰਦੀ, ਮਾਂ ਪਿਓ ਨੂੰ ਟੈਨਸ਼ਨ ਹੁੰਦੀ ਆ। ਉਹਨਾਂ ਨੂੰ ਵੀ ਥੋੜੀ ਜਿਹੀ ਹੁੰਦੀ ਹੋਈ ਆ, ਫਿਰ ਮਾਂ ਪਿਓ ਕਹਿੰਦੇ ਆ ਕਾਕਾ ਤੇਰੇ ਵਿਆਹ ਦਾ ਚੜਿਆ ਵਿਆਹ ਲਾਉਣਾ ਹੈ। ਫਿਰ ਲਿਸਟਾਂ ਦਿੰਦੇ ਰਹਿੰਦੇ ਨੇ ਨਾਲ ਦੇ ਨਾਲ, ਭਾਈ ਇਸ ਮਹੀਨੇ ਇਹਦਾ ਖਰਚਾ ਲਾਉਣਾ, ਇਸ ਮਹੀਨੇ ਇਹਦੀ ਲਿਸਟ ਮਕਾਉਣੀ ਆ। ਹਾਂਜੀ ਉਹ ਫਿਰ ਉਹਨਾਂ ਨੂੰ ਵੀ ਟੈਨਸ਼ਨ ਹੁੰਦੀ ਆ ਨਾ, ਮਾਂ ਪਿਓ ਕਿਹੜਾ ਬਈ, ਉਹ ਵੀ ਫਿਰ ਦੱਸਦੇ ਰਹਿੰਦੇ ਆ, ਯਾਦ ਕਰਾਉਂਦੇ। ਬਿਲਕੁਲ 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 ਠੀਕ ਗੱਲ ਆ ਤੁਹਾਡੀ, ਵੀ ਕੋਈ ਗੱਲ ਨਹੀਂ ਜੀ, ਵਿਆਹ ਭਾਵੇਂ ਇੱਕ ਵਾਰੀ ਹੋਣਾ ਪਰ ਖਰਚਾ ਹਿਸਾਬ ਨਾਲ ਕਰਨਾ ਆ ਆਪਾਂ, ਹੈ ਨਾ। ਠੀਕ ਹੈ ਜੀ, ਬਹੁਤ ਬਹੁਤ ਵਧੀਆ ਲੱਗਾ ਤੁਹਾਡੇ ਨਾਲ ਗੱਲ ਕਰਕੇ। ਅਗਲੇ ਕਾਲਰ ਨੂੰ ਪੁੱਛਦੇ ਉਹ ਕੀ ਕਹਿਣਾ ਚਾਹੁੰਦੇ ਨੇ। ਹੈਲੋ ਹੈਲੋ ਸਤਿ ਸ਼੍ਰੀ ਅਕਾਲ। कौन बोल दे? बब्बू बोल रहे। बब्बू जी इतनी प्यारी जी मिठी जी आवाज तुसी बोल रहे हो, सारा ने दसो तुसी कित्थों बोल दे हो? वर्जीनिया तो बोल रहे हैं। हां जी अच्छा, मेरे वीरे दा व्याह मैं सारा नु दसया है ना। ते मैं ते आप बड़े महंगे सूट लेके पाए सी ब्याह च, मैं हुन पछतानी पई। जनानियां दा आहो ही पंगा आ, है ना। दोबारा नहीं पे होने सूट, है ना। नहीं एक दो बारी, एक तो पै गया, एक नहीं पे आ, वो टाइट वो उसले उन्हें देता काली च फहा बढ़ता दे, हुन आंदा नहीं पिया। ऐही मेनू भेज दो, $600 ਤੇ ਦੋ ਸੂਟ ਲੈ ਕੇ ਫਸ ਗਈ ਇੱਥੋਂ ਇੰਡੀਆ ਤੋਂ। ਬਸ ਬਾਅਦ ਚੋਂ ਬੰਦਾ ਪਛਤਾਉਂਦਾ ਆ ਵੀ ਮੈਂ ਕਿਉਂ ਲੱਲੇ ਇੰਨੇ ਮਹਿੰਗੇ ਕੱਪੜੇ, ਹੈ ਨਾ। ਹੋਰ ਕਿੰਨੇ ਕੁ ਖਰਚੇ ਕੀਤੇ ਸੀਗੇ ਤੁਸੀਂ ਫਾਲਤੂ, ਜਿਹੜੇ ਤੁਹਾਨੂੰ ਲੱਗੇ ਹੋਣੇ ਵੀ ਫਾਲਤੂ ਸੀਗੇ? ਇਹ ਤਾਂ ਇੱਥੋਂ ਲਏ ਸੀਗੇ ਵਿਆਹ 'ਚ ਜਾਣ ਲਈ ਲੈ ਲਏ ਕਾਲੀ 'ਚ, ਤੇ ਉੱਥੇ ਹਜੇ ਹੋਰ ਸਮਾਏ ਸੀਗੇ ਘਰ ਵਾਲਿਆਂ ਨੇ ਸਾਫ਼। ਬੱਲਾ 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 ਇੰਨਾ ਖਰਚਾ, ਪੰਜ ਸੂਟ
ਗਏ ਵੀ 4 ਸਾਲ ਬਾਅਦ ਸੀਗੀ, ਹੁਣ ਖਰਚਾ ਤਾਂ ਹੋ ਗਿਆ। ਪਰ ਇੱਕ ਗੱਲ ਆ ਵੀ ਜਿਆਦਾ ਮਹਿੰਗੇ ਨਹੀਂ ਲੈਣੇ ਚਾਹੀਦੇ ਸੂਟ, ਇਹ ਮੈਂ ਵੀ ਤੁਹਾਡੀ ਸਾਈਡ ਲੈਂਦੀ ਆ, ਤੇ ਉਹ ਮੁੜ ਕੇ ਨਾ ਜਿਆਦਾ ਹੈਵੀ ਸੂਟ ਪੈਂਦੇ ਨਹੀਂ, ਇਸ ਲਈ ਉਦਾਂ ਦੇ ਲੈਣੇ ਚਾਹੀਦੇ ਹਲਕੇ ਫੁਲਕੇ ਜਿਹੜੇ ਬਾਅਦ ਚ ਵੀ ਪੈਂਦੇ ਰਹਿਣ, ਬਾਅਦ ਚ ਵੀ ਪੈ ਜਾਣ। ਤੁਸੀਂ ਇਦਾਂ ਕਰੋ, ਜਿਹੜੇ ਤੁਹਾਡੇ ਸੂਟ ਟਾਈਟ ਹੋ ਗਏ ਨੇ ਉਹਨਾਂ ਨੂੰ ਮੈਨੂੰ ਭੇਜ ਦਿਓ, ਠੀਕ ਹੈ? ਠੀਕ ਹੈ ਜੀ, ਤੁਸੀਂ ਸਾਰੇ ਲਾ ਲਓ ਸੂਟ, ਇੱਥੇ ਪੈਂਦੇ ਹੀ ਨਹੀਂ। ਥੈਂਕ ਯੂ ਸੋ ਮਚ ਜੀ। ਅਗਲੇ ਕਾਲਰ ਨੂੰ ਪੁੱਛਦੇ ਆ, ਉਹ ਕੀ ਕਹਿਣਾ ਚਾਹੁੰਦੇ ਨੇ। ਹੈਲੋ ਹੈਲੋ ਹੈਲੋ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਕੌਣ ਬੋਲਦੇ? ਮੈਂ ਪਾਲ ਬੋਲਦਾ ਜੀ। ਓਕੇ ਜੀ, ਕਿੱਥੋਂ ਬੋਲਦੇ? ਮੈਂ ਕੈਲਗਰੀ ਤੋਂ ਬੋਲਦਾ ਜੀ। ਓਕੇ, ਕੀ ਕਹਿਣਾ ਚਾਹੋਗੇ ਵਿਆਹ ਦੇ ਖਰਚਿਆਂ ਬਾਰੇ? ਹਾਂਜੀ, ਮੈਂ ਕਹਿੰਦਾ ਜੀ, ਮੈਰਿਜ ਆ ਉਹ ਬੇਸ ਹੈਗਾ ਆਪਣੇ ਸੋਸ਼ਲ ਸਿਸਟਮ ਦਾ, ਜਾਂ ਜਿਹੜੀਆਂ ਪ੍ਰੋਬਲਮਸ ਆ ਜਾਂ ਸੋਲੂਸ਼ਨਸ ਰਹੇ। ਹਾਂਜੀ, ਵੀ ਜਿਹੜੇ ਅੱਜ ਕੱਲ੍ਹ ਜਿਹੜੇ ਆਪਣੇ ਜ਼ਿਆਦਾ ਟੀਵੀ ਜਾਂ ਜਿਹੜਾ ਮਾਰਕੀਟ ਬੇਸ ਸਿਸਟਮ ਰਨ ਕਰਦਾ ਸਾਰਾ ਕੁਛ ਰਹੇ, ਹਾਂਜੀ, ਜਿਹੜੀਆਂ ਆਪਣੀਆਂ ਸੋਸ਼ਲ ਜਾਂ ਰਿਲੀਜੀਅਸ ਆਰਗੇਨਾਈਜੇਸ਼ਨ, ਉਹਨੂੰ ਡਿਗਰੀ ਡਿਸਮੈਂਟਲ ਕੀਤਾ ਜਾ ਰਿਹਾ ਸਿਸਟਮੈਟਿਕਲੀ, ਤਦੇ ਕਰਕੇ ਹੁਣ ਆਪਣੇ ਫੀਮੇਲ ਫੈਟੀਸਾਈਡ ਵਗੈਰਾ ਜਾਂ ਕੀ ਕੁਛ ਆਪਣੇ ਹੋ ਰਿਹਾ ਰਹੇ ਜੀ, ਵੀ ਉਹ ਆਪਾਂ ਨੂੰ ਸੀਰੀਅਸ ਲੈਣਾ ਚਾਹੀਦਾ ਇਹ ਮੈਰਿਜ ਦਾ। ਆਪਾਂ ਨੂੰ ਇਹ ਮੇਰਾ ਖਿਆਲ ਮਜ਼ਾਕ ਨਹੀਂ ਸਮਝਣਾ ਚਾਹੀਦਾ ਆਪਾਂ ਨੂੰ, ਅਕਾਲ ਤਖ਼ਤ ਸਾਹਿਬ ਤੋਂ ਮੇਰਾ ਖਿਆਲ ਹੁਕਮਨਾਮਾ ਪਾਸ ਹੋਣਾ ਚਾਹੀਦਾ ਵੀ ਜਿਹੜਾ ਵੀ ਖਰਚਾ ਵੱਧ ਕਰੂਗਾ ਵਿਆਹ 'ਤੇ ਵੀ ਉਹਦੇ ਬਾਈਕਾਟ ਕਰੋ, ਉਹਨੂੰ ਨਾ ਗ੍ਰੰਥ ਸਾਹਿਬ ਦਿਓ, ਨਾ ਫਿਰ ਹੀ ਮੇਰਾ ਖਿਆਲ ਫੀਮੇਲ ਫੈਟੀਸਾਈਡ ਵਗੈਰਾ ਦਾ ਆਪਾਂ ਕੁਛ ਨਾ ਕੁਛ ਕਰ ਸਕਦੇ। ਓਕੇ ਜੀ, ਬਿਲਕੁਲ ਬਿਲਕੁਲ ਵਧੀਆ ਪੁਆਇੰਟ ਤੁਸੀਂ ਰੱਖਿਆ ਆ। ਅਸੀਂ ਇਸ ਵਕਤ ਐਕਚੁਅਲੀ ਇਹ ਗੱਲ ਚੁੱਕ ਰਹੇ ਸੀਗੇ ਵੀ ਜਿਹੜਾ ਖਰਚਾ ਆ ਉਹ ਆਪਾਂ ਹੱਦ ਨਾਲੋਂ ਜ਼ਿਆਦਾ ਕਰ ਲਈਦਾ ਆ, ਉਹਨੂੰ ਥੋੜ੍ਹਾ ਕੰਟਰੋਲ 'ਚ ਕਰਨਾ ਚਾਹੀਦਾ, ਹੈ ਨਾ? ਹੈਲੋ, ਲੱਗਦਾ ਇਹਨਾਂ ਦੀ ਕਾਲ ਡਰੋਪ ਹੋ ਗਈ। ਕੋਈ ਗੱਲ ਨਹੀਂ ਜੀ, ਆਪਾਂ ਇੱਦਾਂ ਕਰਦੇ ਇੱਕ ਨਿੱਕਾ ਜਿਹਾ ਪੈਰਾਂ ਦਾ ਬ੍ਰੇਕ ਲੈਂਦੇ ਹਾਂ ਜੀ, ਉਸ ਤੋਂ ਬਾਅਦ ਫਿਰ ਹਾਜ਼ਰ ਹੋਵਾਂਗੇ ਜੀ। ਮੇਰੇ ਵੀਰ ਦਾ ਵਿਆਹ ਮੈਨੂੰ ਗੋਡੇ ਗੋਡੇ ਚਾ, ਮੇਰੇ ਵੀਰ ਦਾ ਵਿਆਹ ਮੈਨੂੰ ਗੋਡੇ ਗੋਡੇ ਚਾ। ਚਾਹ ਤਾਂ ਜੀ ਮੈਨੂੰ ਬਹੁਤ ਆ, ਪਰ ਮੈਂ ਤੁਹਾਨੂੰ ਦੱਸਿਆ ਨਾ ਵੀ ਚਾਹ ਦੇ ਨਾਲ ਨਾਲ ਖਰਚੇ ਵੀ ਬਹੁਤ ਆ, ਅਤੇ ਮੈਂ ਤੁਹਾਨੂੰ ਪੁੱਛ ਰਹੀ ਸੀਗੀ ਵੀ ਤੁਸੀਂ ਵੀ ਆਪਣੇ ਵਿਆਹ 'ਚ ਇੰਨਾ ਹੀ ਖਰਚਾ ਕੀਤਾ ਸੀਗਾ, ਜਾਂ ਆਪਣੇ ਵੀਰ ਦੇ ਵਿਆਹ 'ਚ, ਆਪਣੀ ਭੈਣ ਦੇ ਵਿਆਹ 'ਚ ਇੰਨਾ ਹੀ ਖਰਚਾ ਕੀਤਾ ਸੀ, ਜਾਂ ਮੈਨੂੰ ਹੀ ਲਿਸਟਾਂ ਲੰਬੀਆਂ ਲੱਗੀ ਜਾਂਦੀਆਂ ਨੇ? ਆਓ ਜੀ ਆਪਣੇ ਕਾਲਰਸ ਨੂੰ ਪੁੱਛਦੇ ਹਾਂ ਜੀ। ਹੈਲੋ ਹੈਲੋ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ, ਕਿੱਦਾਂ ਗੁਲਾਬੋ ਜੀ? ਦਵਿੰਦਰਜੀਤ ਬੋਲਦੀ ਹਾਂ। ਹਾਂਜੀ ਜੀ, ਵਿੰਡਸਰ ਤੋਂ ਬੋਲ ਰਹੀ ਹਾਂ। ਥੈਂਕ ਯੂ ਸੋ ਮਚ ਜੀ ਕਾਲ ਕਰਨ ਦੇ ਵਾਸਤੇ। ਓਕੇ, ਮੈਂ ਕਿਹਾ ਵਿਸ਼ਾ ਬੜਾ ਵਧੀਆ ਹੁੰਦਾ, ਤੁਸੀਂ ਵਿਆਹ ਦੀ ਗੱਲ ਕਰਦੇ ਆ। ਵਿਆਹ ਦੇ ਵਿੱਚ ਤਾਂ ਬੜਾ ਕੰਪੀਟੀਸ਼ਨ ਲਾ ਲੈਂਦੇ ਲੋਕੀ, ਕਹਿੰਦੇ ਉਹਨੇ ਇੰਨਾ ਖਰਚਾ ਕੀਤਾ, ਅਸੀਂ ਉਹਦੇ ਨਾਲੋਂ ਵੀ ਜ਼ਿਆਦਾ ਕਰੀਏ, ਹੈ ਨਾ? ਅੱਗੇ ਤਾਂ ਇੰਡੀਆ ਦੀ ਗੱਲ ਸੀ ਨਾ, ਇੱਥੇ ਕੈਨੇਡਾ ਦੇ ਵਿੱਚ ਤਾਂ ਹੋਰ ਵੀ ਲੋਕੀ ਖਰਚੇ ਜ਼ਿਆਦਾ ਕਰਦੇ ਆ। ਅੱਛਾ, ਕੈਨੇਡਾ ਦੇ ਵਿੱਚ ਤਾਂ ਬਹੁਤ ਫੰਕ ਕਰਦੇ ਆ, ਕੁੜੀ ਦਾ ਵਿਆਹ ਹੁੰਦਾ ਆ ਕਿਤੇ ਫੰਕਸ਼ਨ, ਕਿਤੇ ਮਾਈਆਂ, ਉਦੋਂ ਵੀ ਇੰਨੇ ਰਿਸ਼ਤੇਦਾਰਾਂ ਨੂੰ ਸੱਦਦੇ ਆ। ਉਹਨਾਂ ਨੇ ਬੈਂਗਲ ਕੀ ਉਹ ਸੈਰੇਮਨੀ, ਮਹਿੰਦੀ ਸੈਰੇਮਨੀ ਕਰਨੀ, ਕਿਤੇ ਇੰਨੇ ਕਿਤੇ ਖਰਚੇ ਇੰਨੇ ਵਧਾਈ ਜਾਂਦੇ ਆ। ਕੋਈ ਇੰਡੀਆ ਚ ਅਜੇ ਇੰਨੇ ਨਹੀਂ ਸੀ ਫੰਕਸ਼ਨ ਕਰਦੇ ਜਿੰਨੇ ਹੁਣ ਕੈਨੇਡਾ ਦੇ ਵਿੱਚ ਕਰਦੇ ਆ। ਕੈਨੇਡਾ ਵਾਲਿਆਂ ਕੋਲ ਪੈਸਾ ਜ਼ਿਆਦਾ ਆ, ਲੋਕਾਂ ਕੋਲ ਬਹੁਤ ਪੈਸਾ ਆ। ਨਹੀਂ ਨਹੀਂ, ਹੁਣ ਇੰਡੀਆ ਚ ਵੀ ਪੈਸਾ ਤਾਂ ਬਹੁਤ ਆ, ਲੋਕੀ ਇੰਡੀਆ ਚ ਵੀ ਬਥੇਰਾ ਖਰਚਾ ਕਰਦੇ ਆ। ਇੱਥੇ ਵੀ ਆਪਾਂ ਬੜੇ ਫੰਕਸ਼ਨ ਕਰੀਦੇ ਆ, ਮੇਰੇ ਵੀਰ ਦਾ ਵਿਆਹ ਆ, ਆਪਾਂ 8 ਫੰਕਸ਼ਨ ਰੱਖ ਲਏ ਨੇ, ਤੇ ਮੈਂ 8 ਦੇ 8 ਸੂਟਸ ਵਾਲੇ ਦੇਖਿਆ ਫਿਰ। ਆਹੀ ਤਾਂ ਰੌਲਾ ਆ, ਖਰਚਿਆਂ ਦਾ ਹੀ ਤਾਂ ਰੌਲਾ ਆ। ਹਾਂ ਬਿਲਕੁਲ, ਕੰਪੀਟੀਸ਼ਨ ਚੱਲਦਾ ਹੈ ਨਾ, ਮੈਂ ਉਹ ਕਹਿਣਾ ਮੈਂ ਉਹਦੇ ਨਾਲੋਂ ਕਿਉਂ ਪਿੱਛੇ ਰਹਿ ਜਾਵਾਂ, ਮੈਂ ਕਿਉਂ ਨਾ ਇੱਦਾਂ ਕਰਾਂ ਖਰਚਾ। ਬਾਕੀ ਜਿਹੜੀ ਤੁਸੀਂ ਗੱਲ ਕੀਤੀ ਹੈ ਨਾ ਕਿ ਕਾਰਡ ਐਡੇ ਵਧੀਆ ਬਣਾ ਲੈਂਦੇ ਆ, ਠੀਕ ਹੈ ਨਾ? ਹਾਂਜੀ, ਕਾਰਡ ਵਧੀਆ ਦੀ ਕੀ ਲੋੜ ਪਈ ਬਣਾਉਣ ਦੀ? ਕਾਰਡ ਤਾਂ ਬਹੁਤਾ ਵਧੀਆ ਚਾਹੀਦਾ ਹੀ ਨਹੀਂ ਬਣਾਉਣਾ, ਕੀ ਕਰਨਾ? ਅਗਲੇ ਨੇ ਜਿਹਨੂੰ ਕਾਰਡ ਦੇਣਾ ਆ, ਮਠਿਆਈ ਵੱਲ ਦੇਖਣਾ ਆ ਵੀ ਕਿੰਨੀ ਕੁ ਵਧੀਆ ਮਠਿਆਈ ਦਿੱਤੀ, ਡੱਬਾ ਮਠਿਆਈ ਦਾ, ਤੇ ਜਿਹੜਾ ਕਾਰਡ ਆ ਮਿੰਟ ਦੀ ਮਿੰਟ ਉਹਨੇ ਪੜ੍ਹਨਾ, ਪੜ੍ਹ ਕੇ ਤਾਂ ਚੱਲ ਜੀ ਮਰੋੜ ਮਰੋੜ ਕੇ ਤਾਂ ਡਸਟਬਿਨ 'ਚ ਸੁੱਟ ਦੇ। ਹੋਰ ਕੀ, ਸਾਡੇ ਪੈਸੇ ਤਾਂ ਬਰਬਾਦ ਹੋ। ਉਹਦਾ ਕਾਰਡ ਤਾਂ ਬਹੁਤ ਵਧੀਆ ਬਣਾਉਣ ਦੀ ਨਹੀਂ ਲੋੜ ਹੈਗੀ। ਤੇ ਦੂਜਾ ਤੁਸੀਂ ਕਿਹਾ ਕਿ ਤੁਸੀਂ ਆਪਣੇ ਵੀਰ ਦੇ ਵਿਆਹ ਦੇ ਵਿੱਚ ਜਿਹੜੇ ਸੂਟ ਬਣਾਉਣੇ ਆ, ਜਦੋਂ ਕੱਲ ਨੂੰ ਤੁਹਾਡਾ ਵਿਆਹ ਹੋ ਗਿਆ, ਤੇ ਫਿਰ ਤੁਸੀਂ ਉਹ ਵਧੀਆ ਵਧੀਆ ਸੂਟ ਕਿਹਨੂੰ ਦੇਣੇ ਆ, ਉਹ ਕਿੱਦਾਂ ਲੈ ਕੇ ਜਾਣੇ ਆ? ਗੁਲਾਬੋ ਜੀ, ਅੱਛਾ ਜੀ, ਤੁਸੀਂ ਚਾਹੁੰਦੇ ਹੋ ਵੀ ਹਾਂਜੀ ਮੈਂ ਤੁਹਾਨੂੰ ਦੱਸਾਂ, ਮੇਰੀ ਮੈਰਿਜ ਜਦੋਂ ਹੋਈ ਆ ਨਾ, ਮੇਰੀ ਮੈਰਿਜ ਨਾ ਹਫ਼ਤੇ ਦੇ ਵਿੱਚ ਹੀ ਫਿਕਸ ਹੋ ਗਈ ਸੀਗੀ। ਅੱਛਾ, ਤੇ ਮੇਰੇ ਬਹੁਤ ਵਧੀਆ ਵਧੀਆ ਕਈ ਸੂਟ ਤਾਂ ਮੇਰੇ ਬ੍ਰਾਂਡ ਨਿਊ ਸੀਗੇ, ਮੈਂ ਪਤਾ ਨਹੀਂ ਇੱਕ ਵਾਰੀ ਪਾਏ ਸੀ ਤੇ ਕਈ ਪਾਏ ਅਜੇ ਪਾਲੇ ਸੀਗੇ ਮੇਰੇ, ਤੇ ਮੈਂ ਉਹ ਨਵੇਂ ਨਵੇਂ ਸੂਟ ਕਿਹਨੂੰ ਦੇਣੇ ਸੀਗੇ ਫਿਰ? ਮੈਂ ਤਾਂ ਨਾ ਉਹ ਸੂਟ ਜਿਹੜੇ ਸੀਗੇ ਉਦੋਂ ਤਾਂ ਮੈਂ ਨਾ ਲੈ ਕੇ ਗਈ,
ਜਦੋਂ ਮੈਂ ਫਿਰ ਬਾਅਦ ਵਿੱਚ ਹੌਲੀ 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 ਉਹ ਸੂਟ ਫਿਰ ਮੈਂ ਆਪਣੇ ਪਾਉਣੇ ਸ਼ੁਰੂ ਕਰ ਦਿੱਤੇ। ਉਹ ਸੂਟ ਕੀ ਕਹਿੰਦੇ ਆ? ਬਿਲਕੁਲ ਬਿਲਕੁਲ ਇਹੀ ਤਾਂ ਗੱਲ ਆ, ਜੇ ਤੁਸੀਂ ਦੁਬਾਰਾ ਪਾ ਲਏ ਚਲੋ ਫਿਰ ਤਾਂ ਪੈਸੇ ਵਸੂਲ ਹੋ ਗਏ, ਪਰ ਕਈ ਵਾਰ ਦੇਖ ਲਓ ਵਿਆਹ ਦਾ ਕੋਟ ਪੈਂਟ ਆ ਜਾਂ ਵਿਆਹ ਵਾਲਾ ਸੂਟ ਆ, ਵਿਆਹ ਵਾਲਾ ਲਹਿੰਗਾ ਆ, ਉਹ ਕਿੱਥੇ ਪੈਂਦਾ ਦੁਬਾਰਾ? ਨਹੀਂ ਪੈਂਦਾ। ਨਹੀਂ ਨਹੀਂ ਨਹੀਂ, ਉਹ ਨਹੀਂ ਬਹੁਤੇ ਮਹਿੰਗੇ ਲੈਣੇ ਚਾਹੀਦੇ। ਬਿਲਕੁਲ ਉਹ ਨਹੀਂ ਬਹੁਤਾ ਮਹਿੰਗਾ ਲੈਣਾ ਚਾਹੀਦਾ, ਲਹਿੰਗਾ ਵੀ ਨਹੀਂ ਬਹੁਤਾ ਮਹਿੰਗਾ ਲੈਣਾ ਚਾਹੀਦਾ, ਤੇ ਜਿਹੜੇ ਸੂਟ ਸਾਟ ਆ ਉਹ ਵੀ ਨਹੀਂ, ਉਹ ਤਾਂ ਉੱਥੇ ਉਨਾ ਕਚੇਰੀ ਪੈਣਾ ਤੇ ਉਨਾ ਕਚੇਰੀ ਆ, ਤੇ ਬਾਕੀ ਏਦਾਂ ਕਿ ਇੰਡੀਆ ਦੇ ਵਿੱਚ ਤਾਂ ਹੁਣ ਲੋਕ ਤੇ ਵੀ ਲੈ ਲੈਂਦੇ ਆ। ਬਿਲਕੁਲ ਬਿਲਕੁਲ, ਹਾਂ ਲੋਕੀ ਸਿਆਣੇ ਬਹੁਤ ਹੋਏ ਹੋਏ ਆ, ਜਿਊਲਰੀ ਵੀ ਨਾਲ ਦੀ ਲੈ ਲੈਂਦੇ ਆ ਰੈਂਟ ਤੇ, ਲਹਿੰਗਾ ਵੀ ਲੈ ਲੈਂਦੇ ਆ, ਤੇ ਕਈ ਸਿਆਣੇ ਵੀ ਰਹੇ ਆ, ਤੇ ਲੋਕੀ ਖਰਚੇ ਵੀ ਬਥੇਰੇ ਕਰਦੇ ਆ। ਬਿਲਕੁਲ ਬਿਲਕੁਲ ਜੀ, ਆਪਣੀ ਪੋਕਟ ਦੇ ਹਿਸਾਬ ਨਾਲ ਖਰਚਾ ਕਰਨਾ ਚਾਹੀਦਾ, ਹਨਾ? ਚਾਹੀਦਾ ਆ ਬਿਲਕੁਲ। ਤੇ ਜਿਹੜੀ ਬਾਕੀ ਤੁਸੀਂ ਕਹਿੰਦੇ ਆ ਮੀਨੂ ਬਣਾਉਣ ਦੀ ਗੱਲ, ਖਾਣ ਪੀਣ ਦੀ, ਉਹ ਵੀ ਹਨਾ ਖਾਣ ਪੀਣ ਤਾਂ ਕਈ ਵਾਰੀ ਤਾਂ ਵਿਆਹ ਦੇ ਵਿੱਚ ਬਹੁਤ ਹੀ ਹੁੰਦਾ ਆ, ਖਾਣ ਪੀਣ ਇੰਨੀਆਂ ਚੀਜ਼ਾਂ ਹੁੰਦੀਆਂ, ਪਤਾ ਨਹੀਂ ਲੱਗਦਾ ਇੰਨੀਆਂ ਚੀਜ਼ਾਂ, ਕਈ ਤਾਂ ਰਹਿ ਹੀ ਜਾਂਦੀਆਂ, ਕਈ ਰਹਿ ਜਾਂਦੀਆਂ। ਆਇਓ ਦੁੱਖ ਹੁੰਦਾ ਵੀ ਓਹੋ ਸਮੋਸੇ ਵਾਲੇ ਪਾਸੇ ਤਾਂ ਮੈਂ ਤੁਰੀ ਹੋਈ ਨੀ, ਗਈ ਨੀ, ਮੈਂ ਤਾਂ ਉੱਧਰ ਗਈ ਨੀ ਹੈ, ਉਹ ਖੱਬੇ ਨੂੰ ਸੀ, ਖੱਬੇ ਨੂੰ ਤਾਂ ਮੈਂ ਮੁੜੀ ਹੋਈ ਨੀ ਜਿੱਥੇ ਜਲੇਬੀਆਂ ਸੀਗੀਆਂ। ਇਸ ਕਰਕੇ ਖਾਣ ਦੇ ਪਰ ਕਈ ਲੋਕਾਂ ਨੂੰ ਬਹੁਤ ਹੁੰਦੀ ਆ, ਤਾਂ ਸਿਰਫ ਆਉਂਦੇ ਹੀ ਖਾਣੇ ਆ। ਬਿਲਕੁਲ ਬਿਲਕੁਲ, ਪਤਾ ਨੀ ਉਹਨਾਂ ਨੇ ਲਿਫਾਫੇ ਚ ਪਾਉਣਾ ਖਰਿਆ, ਖਾਲੀ ਲਿਫਾਫਾ ਹੀ ਦੇ ਦੇਣਾ, ਤੇ ਉਹ ਨਾ ਖਾਣ ਪੀਣ ਕਰਕੇ ਤਾਂ ਉਹਨਾਂ ਨੇ ਤੁਰ ਜਾਣਾ। ਬਹੁਤ ਵਧੀਆ ਪੁਆਇੰਟਸ ਤੁਸੀਂ ਰੱਖੇ ਜੀ, ਸਾਡਾ ਥੈਂਕ ਯੂ ਸੋ ਮਚ ਜੀ। ਅਗਲੇ ਕਾਲ ਜੀ, ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ, ਥੈਂਕ ਯੂ ਸੋ ਮਚ। ਹੈਲੋ, ਓਕੇ ਓਕੇ, ਹੈਲੋ ਹੈਲੋ, ਸਤਿ ਸ੍ਰੀ ਅਕਾਲ ਜੀ, ਬਾਪੂ ਜੀ, ਸਤਿ ਸ੍ਰੀ ਅਕਾਲ ਜੀ, ਕੌਣ ਬੋਲਦੇ? ਮੈਂ ਅਮਰ ਸ਼ੀਮਾ ਬੋਲਦਾ ਜੀ, ਬਾਪੂ ਤੋਂ। ਓਕੇ ਜੀ, ਕੀ ਕਹਿਣਾ ਚਾਹੋਗੇ? ਮੈਂ ਇਹ ਕਹਿਣਾ ਚਾਹੁੰਗਾ ਜੀ, ਅੱਜ ਕੱਲ੍ਹ ਲੋਕੀ ਵਿਆਹ ਦੇ ਵਿੱਚ ਖਰਚਾ ਇਸ ਕਰਕੇ ਨਹੀਂ ਕਰਦੇ ਵੀ ਸਾਡੇ ਕੋਲ ਜੋ ਹੈਗਾ ਜਾਂ ਜ਼ਿਆਦਾ ਹੈਗਾ, ਉਹ ਇੱਕ ਦੂਸਰੇ ਨੂੰ ਨੀਵਾਂ ਦਿਖਾਉਣ ਵਾਸਤੇ ਕਰਦੇ ਆ ਕਿ ਗੁਆਂਢੀ ਨੇ ਆ ਕੀਤਾ ਤੇ ਮੈਂ ਉਹ ਤੋਂ ਵੱਧ ਕਰਕੇ ਖਾਣਾ, ਆਪਣਾ ਨੱਕ ਕਹਿੰਦੇ ਵੀ ਨੱਕ ਨੀ ਬਣਾਉਣਾ ਚਾਹੀਦਾ ਸਾਡਾ, ਕਿਸੇ ਦਾ ਮੂੰਹ ਤਾਂ ਲਾਲ ਹੈਗਾ ਆਪਣਾ ਚਪੇੜਾ ਮਾਰ ਮਾਰ ਲਾਲ ਕਰ ਲੈਣਾ ਆ, ਹਨਾ? ਬਿਲਕੁਲ ਬਿਲਕੁਲ, ਇਹ ਗੱਲ ਹੁੰਦੀ ਆ ਜੀ, ਕੋਈ ਬਾਹਲੇ ਸਲਾਦ ਰੱਖਣ ਦੀ ਜ਼ਰੂਰਤ ਨਹੀਂ, ਕੋਈ ਬਾਹਲੇ ਤਰ੍ਹਾਂ ਦੇ ਫੂਡ ਰੱਖਣ ਦੀ ਜ਼ਰੂਰਤ ਨਹੀਂ, ਜਿੰਨੇ ਖਾਣੇ ਵੱਧ ਹੋਣਗੇ ਓਨੇ ਲੋਕੀ ਜ਼ਿਆਦਾ ਵੇਸਟ ਕਰਨਗੇ, ਕਿਉਂਕਿ ਹਰ ਕੋਈ ਬੰਦਾ ਚਮਚਾ ਚਮਚਾ ਚੁੱਕ ਲੈਂਦਾ ਖਾ ਕੇ ਖਾਉਂਦਾ ਨੇ। ਬਿਲਕੁਲ ਬਿਲਕੁਲ, ਖਾਦਾ ਨਹੀਂ ਜਾਂਦਾ, ਇੰਨਾ ਕਿੱਥੇ ਖਾਦਾ ਜਾਂਦਾ ਹੈ ਮੈਨੂੰ ਦੱਸੋ, ਨਾਲੇ ਫਿਰ ਜੇ ਇੱਕ ਅੱਧੀ ਕਮੀ ਰਹਿ ਜੇ ਨਾ ਤੇ ਫਿਰ ਰਿਸ਼ਤੇਦਾਰ ਛੱਡਦੇ ਵੀ ਹੈ ਨਹੀਂ, ਮੈਂ ਲਾਇਆ ਹਿਸਾਬ, ਹਨਾ? ਗੱਲਾਂ ਕਰਨ ਕਿੱਦਾਂ, ਹਾਂਜੀ ਲੋਕੀ ਚੁੱਕ ਲੈਂਦੇ ਆ ਚਮਚਾ ਚਮਚਾ ਸਾਰੀ ਚੀਜ਼, ਲੇਕਿਨ ਖਾ ਕੇ ਸਗੋਂ ਹੁੰਦਾ ਨੀ, ਅੱਜ ਕੱਲ੍ਹ ਪਲੇਟਾਂ ਭਰ ਲੈਂਦੇ ਫੁਲਕੇ, ਬਾਹਰ ਡੁੱਲਣਡੇ ਹੁੰਦੇ ਨੇ ਪਲੇਟ ਤੋਂ, ਹਨਾ? ਪਾਪੜ ਕਿਤੇ ਕਿਤਾ, ਉਹ ਹਰ ਕੋਈ ਸੋਚਦਾ ਨਾ ਮੈਂ ਲਾਈਨ ਵਿੱਚ ਲੱਗਣਾ, ਕਿੰਨੀ ਵੱਡੀ ਲਾਈਨ ਹੁੰਦੀ ਆ, ਕਹਿੰਦੇ ਕਿੰਨੀ ਵੱਡੀ ਲਾਈਨ ਹੁੰਦੀ ਆ, ਹਰ ਕੋਈ ਸੋਚਦਾ ਵੀ ਮੈਂ ਜਿੰਨਾ ਕੁ ਸਮਾਨ ਚੁੱਕਦਾ ਚੁੱਕ ਲਵਾਂ, ਹਰ ਕੋਈ ਵੈਰਾਇਟੀ ਲੈ ਲਵਾਂ ਆਪਣੀ ਪਲੇਟ ਦੇ ਵਿੱਚ, ਖਾ ਹੋਵੇ ਜਾਂ ਨਾ ਖਾ ਹੋਵੇ ਉਹ ਵੱਖਰੀ ਗੱਲ ਆ, ਹਨਾ? ਅੱਜ ਕੱਲ ਤਾਂ ਬਸ ਇਹੀ ਹੋ ਰਿਹਾ ਗਿਆ, ਨਾਲੇ ਮੈਂ ਵੇਖਿਆ ਵੀ ਜਦੋਂ ਨਾ ਜੇ ਮੈਂ ਤੁਹਾਨੂੰ ਦੱਸਿਆ ਕੰਪੀਟੀਸ਼ਨ ਬਹੁਤ ਆ ਵੀ, ਉਹਨੇ ਆਪਣੇ ਵਿਆਹ 'ਚ ਪਰ ਪਲੇਟ ਕੀਤੀ ਸੀਗੀ ਜੀ 750, ਤੇ ਮੈਂ ਆਪਣੇ ਵਿਆਹ 'ਚ 900 ਤੋਂ ਘੱਟ ਨਹੀਂ ਕਰਨੀ ਪਰ ਪਲੇਟ। ਬਸ ਉਹੀ ਗੱਲ ਹੈ ਨਾ, ਉਹ ਜਿਹਨੂੰ ਕਹਿੰਦੇ ਵੀ ਸਾਡਾ ਨੱਕ ਨਹੀਂ ਰਹਿੰਦਾ, ਇਹ ਨੱਕ ਨਹੀਂ ਨੀਵਾਂ ਹੋਣ ਦੇਣਾ, ਭਾਵੇਂ ਕਰਜ਼ਾ ਚੁੱਕ ਲਈਏ, ਜ਼ਮੀਨ ਵੇਚ ਦਈਏ, ਜ਼ਮੀਨ ਗਹਿਣੇ ਰੱਖ ਲਈਏ, ਲੇਕਿਨ ਅਸੀਂ ਇੱਕ ਦੂਸਰੇ ਨੂੰ ਉੱਪਰ ਉੱਠਣਾ ਚਾਹੁੰਦੇ ਹਾਂ, ਭਾਵੇਂ ਹੁਣ ਮੁੜ ਕੇ ਫਿਰ ਕਰਜ਼ਾ ਲਾਉਣਾ ਰਹਿੰਦੇ ਹਾਂ। ਬਿਲਕੁਲ ਜੀ ਬਿਲਕੁਲ, ਥੈਂਕ ਯੂ ਸੋ ਮਚ ਜੀ, ਤੁਸੀਂ ਆਪਣੇ ਪੁਆਇੰਟਸ ਰੱਖੇ ਅੱਗੇ ਅਗਲੇ ਕਾਲਰ ਨੂੰ ਪੁੱਛਦੇ ਹਾਂ। ਹੈਲੋ, ਹਾਂਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ, ਕੌਣ ਬੋਲਦੇ? ਮੈਂ ਗਿੱਲ ਆਂਟੀ ਬੋਲਦੀ ਹਾਂ। ਆਂਟੀ ਜੀ ਸਤਿ ਸ਼੍ਰੀ ਅਕਾਲ, ਕਿੱਥੋਂ ਬੋਲਦੇ? ਮੈਰੀਲੈਂਡ ਤੋਂ। ਅੱਛਾ ਆਂਟੀ, ਖਰਚੇ ਖੁਰਚੇ ਕਰ ਲੈਂਦੇ ਤੁਸੀਂ ਵੀ? ਮੈਂ ਲਾਇਆ ਹਿਸਾਬ ਵਿਆਹ ਚ ਬਹੁਤ ਲਾ, ਖਰਚਿਆਂ ਵਾਲੀ ਘੱਟ ਹੁੰਦੀ ਇਸ ਜਮਾਨੇ ਵਿੱਚ, ਤੈਨੂੰ ਸਾਰਾ ਪਤਾ ਖਰਚਾ ਕਿਵੇਂ ਘੱਟ ਹੋ ਜਾਏ, ਅਗਲੇ ਜਮਾਨੇ ਪਤਾ ਵਿਆਹ ਹੁੰਦੇ ਸੀ ਲੋਕੀ ਘਰਾਂ 'ਚ ਫੇਰੇ ਦੇ ਲੈਂਦੇ, ਸਿੰਪਲ ਕੱਪੜੇ, ਸਿੰਪਲ ਸਸਤਾ ਸਭ ਕੁਛ, ਅੱਜ ਕੱਲ ਕਿੱਥੇ ਉਹ ਜਮਾਨਾ ਰਹਿ ਗਿਆ। ਅੱਜ ਅਗਲਾ 6-6 ਦਿਨ ਤਾਂ ਪਾਰਟੀਆਂ ਜਾਂਦੀ, ਲੇਡੀ ਸੰਗੀਤ, ਅੱਜ ਮਹਿੰਦੀ, ਅੱਜ ਫਲਾਣਾ, ਜੋ ਪੈਸੇ ਹੀ ਲੱਗੀ ਜਾਂਦੇ ਨੇ, ਹਾਲ ਬੁੱਕ ਕਰਾਓ, ਫਿਰ ਕਿੰਨਾ, ਫਿਰ ਰਿਸੈਪਸ਼ਨ ਪਾਰਟੀ ਤੇ ਜਾਓ, ਖਰਚੇ ਕਰੋ, ਫਿਰ ਗੋਲਡ ਕਿੰਨਾ ਮਹਿੰਗਾ, ਕੱਪੜੇ ਦਾ ਫੈਸ਼ਨ ਕਿੰਨਾ, ਬੁਟੀਕਾਂ ਦੇ ਬਗੈਰ ਸੂਟ ਨਹੀਂ ਬਣਦੇ। ਆਂਟੀ ਜੀ ਤੁਸੀਂ ਤਾਂ ਲਿਸਟ ਹੀ ਬੜੀ ਲੰਬੀ ਗਿਣਾਤੀ। ਹਾਂਜੀ, ਤੁਸੀਂ ਤਾਂ ਲਿਸਟ ਬੜੀ ਲੰਬੀ ਗਿਣਾਤੀ, ਵਾਕਈ ਤੁਹਾਡੇ ਗੱਲ ਬਿਲਕੁਲ ਠੀਕ ਆ, ਅੱਜ ਕੱਲ ਲਿਸਟ ਹੈਗੀ ਹੈ ਨਹੀਂ, ਇਸ ਤੋਂ ਵੀ ਜ਼ਿਆਦਾ ਪੈਸੇ ਤਾਂ ਲੱਗਣਗੇ, ਪਰ ਸਾਇਰ ਪੈਸੇ ਦੀ ਸਗੋਈ ਤਾਂ ਹੋ ਹੀ ਨਹੀਂ ਸਕਦੀ ਇਸ ਟਾਈਮ 'ਚ, ਕਿੰਨਾ ਮਰਜ਼ੀ ਕਰ ਲਈਏ। ਬਿਲਕੁਲ ਸਹੀ ਗੱਲ ਹੈ,
ਜਦੋਂ ਇਹ ਉਹਦਾ ਇੱਕ ਦਿਨ ਦਾ ਵਿਆਹ ਹੁੰਦਾ ਸੀ, ਹੁਣ 6-6 ਦਿਨ ਦੇ ਫੰਕਸ਼ਨ ਚੱਲਦੇ ਨੇ, ਪੈਸੇ ਤਾਂ ਲੱਗਣਗੇ ਫਿਰ। ਕੋਈ ਇਹਦੇ ਚ ਸੰਕੋਚ ਨਹੀਂ ਹੋ ਸਕਦਾ ਇਸ ਟਾਈਮ ਦੇ ਵਿੱਚ, ਕੋਈ ਕਰਦੇ ਵੀ ਨੇ ਪਰ ਹੋ ਨਹੀਂ ਸਕਦਾ, ਨਹੀਂ ਹੋ ਸਕਦਾ। ਆਪਾਂ ਆਪਣੇ ਖਰਚੇ ਬਹੁਤ ਵਧਾ ਲਏ ਨੇ, ਹਨਾ, ਬਹੁਤ ਆਪੇ ਹੀ ਵਧਾਈ ਜਾਂਦੇ ਆ, ਪਰ ਟਾਈਮ ਹੀ ਇਹਦਾ, ਮਾਹੌਲ ਹੀ ਇਹਦਾ, ਰਿਵਾਜ ਹੀ ਇਹੋ ਜਿਹਾ, ਫੈਸ਼ਨ ਦੀ ਦੁਨੀਆ ਹੈ, ਬਸ ਕੀ ਕਰੀਏ, ਆਹੀ ਰੌਲਾ ਆ। ਕੋਈ ਗੱਲ ਨੀ ਜੀ, ਹੋਰ ਏਦਾਂ ਕਰਦੇ ਆ, ਮੈਂ ਅਗਲੇ ਕਾਲਰ ਨੂੰ ਪੁੱਛਿਆ ਉਹਨੇ ਕਿੰਨੇ ਕੁ ਖਰਚੇ ਕੀਤੇ ਨੇ, ਠੀਕ ਹੈ ਜੀ। ਹੈਲੋ ਹੈਲੋ ਹੈਲੋ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਗੁਲਾਬੋ ਜੀ, ਕੀ ਹਾਲ ਜੇ? ਵਧੀਆ ਜੀ, ਤੁਸੀਂ ਸੁਣਾਓ, ਕੌਣ ਬੋਲਦੇ? ਮੈਂ ਕਮਲ ਬੋਲਦੀ ਸ਼ਿਕਾਗੋ ਤੋਂ। ਓਕੇ ਜੀ, ਮੈਨੂੰ ਦੱਸੋ ਵੀ ਵਿਆਹ 'ਚ ਖਰਚੇ ਕਿੰਨੇ ਕਰਦੇ ਹੋ ਤੁਸੀਂ? ਵਿਆਹ 'ਚ ਕੀ ਖਰਚੇ ਕਿੰਨੇ ਕੀਤੇ ਆ? ਕਿੰਨੇ ਖਰਚੇ? ਮੈਂ, ਮੇਰੇ ਵੀਰੇ ਦਾ ਵਿਆਹ ਆ, ਮੈਂ ਤਾਂ ਇੰਨੇ ਖਰਚੇ ਕਰ ਲਏ, ਮੈਨੂੰ ਘਰੋਂ ਝਿੜਕਾਂ ਪੈ ਰਹੀਆਂ ਨੇ। ਕੋਈ ਗੱਲ ਨਹੀਂ, ਵਿਆਹ ਇੱਕ ਵਾਰੀ ਹੋਣਾ ਹੁੰਦਾ। ਜਿਹਨੂੰ ਪੁੱਛੋ ਉਹੀ ਇਹੀ ਗੱਲ ਕਹਿੰਦੇ ਵੀ ਵਿਆਹ ਇੱਕੋ ਵਾਰੀ ਹੋਣਾ ਆ, ਵਿਆਹ ਇੱਕੋ ਵਾਰੀ ਹੋਣਾ ਆ। ਵਿਆਹ ਕਿਹੜਾ ਦੋ ਵਾਰੀ ਕਰਨਾ ਚਾਹੀਦਾ? ਤੁਹਾਡੀ ਗੱਲ ਤਾਂ ਠੀਕ ਹੈ ਵੈਸੇ, ਹਨਾ, ਇਸੇ ਚੱਕਰ 'ਚ ਬੰਦਾ ਖਰਚੇ ਕਰੀ ਜਾਂਦਾ। ਜਿਹਾ ਪੋਜ਼ਿਟਿਵ ਚੱਲੋ ਨਾ, ਪਹਿਲੀ ਸੋਹਣਾ ਕਰੋ ਵਿਆਹ, ਹੈਨਾ। ਅੱਛਾ, ਆ ਪੈਸੇ ਵਾਲੇ ਬੰਦੇ ਲੱਗਦੇ ਨੇ ਤਾਂ ਹੀ ਇੰਨੀ ਗੱਲ ਕਹਿ ਰਹੇ ਨੇ। ਨਹੀਂ ਨਹੀਂ ਨਹੀਂ, ਪੈਸੇ ਵਾਲੇ ਕੋਈ ਨਹੀਂ, ਮਜ਼ਦੂਰ ਬੰਦੇ ਆ, ਪਰ ਸ਼ੌਕ ਬੜੇ ਨੇ ਤੇ ਆਕੀ ਦਾ ਵੀ ਕਿਉਂ ਨਹੀਂ, ਫਰਕ ਬੜੇ ਨੇ, ਯੰਕਣ ਨਹੀਂ ਤੇਰੇ ਮੇਰੇ ਹਾਲਾਤਾਂ 'ਚ। ਠੀਕ ਹੈ ਜੀ, ਠੀਕ ਹੈ ਜੀ, ਤੁਹਾਡਾ ਪੁਆਇੰਟ ਵੀ ਬਿਲਕੁਲ ਠੀਕ ਹੈ ਵੀ ਚਲੋ ਵਿਆਹ ਇੱਕ ਵਾਰੀ ਹੋਣਾ, ਖਰਚੇ ਕਰ ਹੀ ਲਓ। ਵਿਆਹ ਇੱਕੋ ਵਾਰੀ ਹੋਣਾ ਹੈ ਨਾ, ਬਿਲਕੁਲ ਸਹੀ ਗੱਲ ਆ ਵੀ ਆਪਣੀ ਜਿਹੜੇ ਚੱਦਰ ਦੇ ਹਿਸਾਬ ਨਾਲ ਪੈਰ ਪਸਾਰਨੇ ਚਾਹੀਦੇ, ਗੱਲ ਇੱਥੇ ਆ ਕੇ ਮੁੱਕਦੀ ਆ ਵੀ ਖਰਚੇ ਤਾਂ ਕਰਨਾ ਹੀ ਹੈ ਜੀ, ਘਰ ਦਾ ਫੰਕਸ਼ਨ ਹੈ, ਵੀਰੇ ਦਾ ਵਿਆਹ ਹੈ, ਇੱਕੋ ਵਾਰੀ ਵਿਆਹ ਹੋਣਾ, ਕੋਈ ਚੱਕਰ ਨਹੀਂ, ਪਰ ਹਿਸਾਬ ਦੇ ਨਾਲ, ਠੀਕ ਹੈ ਜੀ। ਸਾਡਾ ਇੰਨਾ ਹੀ ਕਹਿਣਾ ਸੀਗਾ, ਇੱਦਾਂ ਕਰਦੇ ਹੁਣ ਮੈਂ ਵੀਰ ਦੇ ਵਿਆਹ ਦੀਆਂ ਹੋਰ ਤਿਆਰੀਆਂ ਕਰ ਲਿਆ, ਖਰਚੇ ਜਿਹੜੇ ਨੇ ਬਾਹਲੇ ਹੋ ਗਏ ਨੇ, ਹੁਣ ਲਿਸਟ 'ਚ ਇੱਕ ਵਾਰੀ ਫਿਰ ਚੈੱਕ ਕਰ ਲਈਏ ਵੀ ਕਿਤੇ ਕੋਈ ਖਰਚਾ ਰਹਿ ਤਾਂ ਨਹੀਂ ਗਿਆ। ਕਰਾਈ ਦਿੰਦੇ ਹਾਂ ਜੀ ਖਰਚਾ, ਕੋਈ ਗੱਲ ਨਹੀਂ ਜੀ, ਅਗਲੀ ਵਾਰ ਫਿਰ ਹਾਜ਼ਰ ਹੋਵਾਂਗੇ ਨਵਾਂ ਟੌਪਿਕ ਅਤੇ ਨਵੀਂ ਡਿਸਕਸ਼ਨ ਦੇ ਨਾਲ। ਤਦ ਤੱਕ ਲਈ ਸਤਿ ਸ਼੍ਰੀ ਅਕਾਲ।